ਰੀਸੈਂਟਲੀ ਮੇਰੀ ਪ੍ਰੋਡਕਟੀਵਿਟੀ ਵੱਧ ਗਈ ਅਤੇ ਨਾਲੇ ਮੈਂ ਪੰਕਚੁਅਲ ਵੀ ਹੋ ਗਿਆ ਅਤੇ ਉਹਦੇ ਨਾਲ ਨਾਲ ਮੈਂ ਪੈਸਾ ਸੇਵ ਕਰਨਾ ਵੀ ਸ਼ੁਰੂ ਕਰਤਾ ਅਤੇ ਫਿਰ ਮੈਂ ਕਹਿੰਦਾ ਮੈਂ ਆਪਦਾ ਸਕਰੀਨ ਟਾਈਮ ਵੀ ਘਟਾ ਲਿਆ। ਕਾਲਾ ਜਾਦੂ ਨਹੀਂ, ਇਹ ਹੈਗੀਆਂ ਜੀ ਆਈਫੋਨ ਦੀਆਂ ਆਟੋਮੇਸ਼ਨਸ ਅਤੇ ਇਹ ਸਾਰਾ ਕੁਛ ਤੁਸੀਂ ਵੀ ਕਰ ਸਕਦੇ ਹਾਂ। ਬਹੁਤ ਹੀ ਜ਼ਿਆਦਾ ਸਿੰਪਲ ਸਟੈਪਸ ਆ, ਆਜੋ ਦੇਖੀਏ। ਅਤੇ ਸੱਚ ਆਪਾਂ ਗਿਵ ਅਵੇ ਬਾਰੇ ਸੋਚਦੇ ਪਏ ਹਾਂ। ਥੈਂਕ ਯੂ ਰਾਜਵਿੰਦਰ ਬਾਈ ਤੁਹਾਡੇ ਕਮੈਂਟ ਵਾਸਤੇ, ਬੜਾ ਹੀ ਵਧੀਆ ਕਮੈਂਟ ਆ ਅਤੇ ਮੈਨੂੰ ਅੱਗੇ ਹੁਣ ਮੈਂ ਸੋਚਦਾ ਹੀ ਪਿਆ ਸੀਗਾ ਕਿ ਆਪਾਂ ਕੋਈ ਨਾ ਕੋਈ ਗਿਵ ਅਵੇ ਬਾਰੇ ਸੋਚਦੇ ਹਾਂ। ਹੁਣ ਕੀਬੋਰਡਸ ਦੀ ਗੱਲ ਕੀਤੀ, ਕੁਛ ਨਾ ਕੁਛ ਮੈਂ ਹੋਰ ਵੀ ਨਾਲ ਪਲਾਨ ਕਰਦਾ ਪਿਆ, ਬਟ ਉਹਦੀ ਸਾਰੀ ਇਨਫੋਰਮੇਸ਼ਨ ਵੀਡੀਓ ਦੇ ਵਿੱਚ ਆਪਾਂ ਰੈਂਡਮਲੀ ਦੱਸਾਂਗੇ ਕਿ ਕਿਹੜੀ ਕਦੋਂ ਆਪਾਂ ਸਾਰਾ ਕੁਛ ਔਰਗਨਾਈਜ਼ ਕਰਨਾ, ਸਭ ਕੁਛ ਕਿਵੇਂ ਹੋਊਗਾ। ਵੀਡੀਓ ਧਿਆਨ ਨਾਲ ਦੇਖਿਓ, ਸਬਸਕ੍ਰਾਈਬ ਜ਼ਰੂਰ ਕਰ ਲਓ, ਆਪਣੇ ਫਰੈਂਡਸ ਨਾਲ ਸ਼ੇਅਰ ਕਰ ਦਿਓ ਅਤੇ ਫਿਰ ਆ ਜਾਓ ਵੀਡੀਓ ਦੇਖੀਏ। ਪਹਿਲਾਂ ਪੱਕੀ ਗੱਲ ਆ ਕਿ ਤੁਹਾਡੇ ਫੋਨ ਦੇ ਵਿੱਚ ਭਾਂਤ ਭਾਂਤ ਦੀਆਂ ਐਪਸ ਹੋਣਗੀਆਂ ਅਤੇ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਇੱਦਾਂ ਦੀ ਐਪ ਹੋਊਗੀ ਜਿਹਦੇ ਤੁਸੀਂ ਵੋਲਿਊਮ ਚਾਹੁੰਦੇ ਆ ਕਿ ਹਮੇਸ਼ਾ ਲੋਅ ਹੋਵੇ ਜਦੋਂ ਤੁਸੀਂ ਐਪ ਓਪਨ ਕਰੋ। ਅਤੇ ਫਿਰ ਮੈਂ ਕਹਿੰਦਾ ਆਹ ਵਾਲੀ ਆਟੋਮੇਸ਼ਨ ਤਾਂ ਬਾਹਲੀ ਜ਼ਿਆਦਾ ਸੌਖੀ ਆ। ਕਈ ਵਾਰੀ ਪਤਾ ਨਹੀਂ ਹੁੰਦਾ ਨਾ ਤੁਸੀਂ ਇਹੋ ਜਿਹਾ ਕੀ ਖੋਲਿਆ ਹੋਇਆ ਉਸ ਐਪ ਦੇ ਵਿੱਚ ਕਿ ਵੋਲਿਊਮ ਡਾਊਨ ਚਾਹੀਦੀ ਤੁਹਾਨੂੰ। ਬਹੁਤ ਹੀ ਜ਼ਿਆਦਾ ਸੌਖਾ, ਆਪਾਂ ਆਪਦੇ ਫੋਨ 'ਤੇ ਸ਼ਾਰਟਕੱਟ ਐਪ ਓਪਨ ਕਰਾਂਗੇ, ਉਸ ਤੋਂ ਬਾਅਦ ਇੱਥੇ ਆਟੋਮੇਸ਼ਨ 'ਤੇ ਆ ਜਾਣਾ ਮਿਡਲ ਦੇ ਵਿੱਚ। ਇੱਥੇ ਆਪਾਂ ਨਿਊ ਆਟੋਮੇਸ਼ਨ ਕ੍ਰੀਏਟ ਕਰਾਂਗੇ, ਸਰਚ ਕਰਦੇ ਹਾਂ ਐਪ, ਫਿਰ ਉਸ ਤੋਂ ਬਾਅਦ ਇੱਥੇ ਕੋਈ ਵੀ ਐਪ ਤੁਸੀਂ ਓਪਨ 'ਤੇ ਕਲਿੱਕ ਕਰ ਦੇਣਾ, ਰਨ ਇਮੀਡੀਏਟਲੀ 'ਤੇ ਰੱਖਣਾ, ਚੂਜ਼। ਇੱਥੇ ਯੂਟਿਊਬ ਆਪਾਂ ਸਿਲੈਕਟ ਕਰ ਲਈਏ, ਇੱਥੇ ਤੁਸੀਂ ਹੋਰ ਵੀ ਐਪਸ ਸਿਲੈਕਟ ਕਰ ਸਕਦੇ ਹਾਂ, ਆਪਾਂ ਸਿਰਫ ਇਸ ਵੀਡੀਓ ਵਾਸਤੇ ਇਕੱਲੇ ਯੂਟਿਊਬ ਨੂੰ ਚੂਜ਼ ਕਰਦੇ ਹਾਂ, ਫਿਰ ਤੁਸੀਂ ਜਿਹੜੇ ਕੋਈ ਮਰਜ਼ੀ ਐਪ ਵੀ ਇਹਦੇ ਵਿੱਚ ਐਡ ਕਰ ਸਕਦੇ ਹਾਂ। ਮੇਕ ਸ਼ੋਰ ਕਰਿਓ ਕਿ ਰਨ ਇਮੀਡੀਏਟਲੀ 'ਤੇ ਕਲਿੱਕ ਹੋਵੇ, ਫਿਰ ਉਸ ਤੋਂ ਬਾਅਦ ਨੈਕਸਟ ਕਰਾਂਗੇ ਨਿਊ ਬਲੈਂਕ ਆਟੋਮੇਸ਼ਨ 'ਤੇ ਜਾ ਕੇ ਇੱਥੇ ਆਪਾਂ ਸਰਚ ਕਰਾਂਗੇ ਸੈੱਟ ਵੋਲਿਊਮ। ਸੈੱਟ ਵੋਲਿਊਮ 'ਤੇ ਇੱਥੇ ਆ ਗਿਆ ਮੀਡੀਆ, ਆਪਣੇ ਕੋਲ ਦੋ ਆਪਸ਼ਨ ਆਏ ਨੇ ਮੀਡੀਆ ਜਾਂ ਰਿੰਗ ਟੋਨ, ਆਪਾਂ ਮੀਡੀਆ 'ਤੇ ਸਿਲੈਕਟ ਕਰਾਂਗੇ ਕਿਉਂਕਿ ਆਫਕੋਰਸ ਤੁਸੀਂ ਮੀਡੀਆ ਹੀ, ਵੀਡੀਓ ਵਗੈਰਾ ਮਿਊਜ਼ਿਕ ਉਹ ਸਾਰਾ ਮੀਡੀਆ ਦੇ ਵਿੱਚ ਹੀ ਆਉਂਦਾ। ਫਿਰ ਆਪਾਂ ਇਹਦੀ ਵੋਲਿਊਮ ਨੂੰ ਆਪਾਂ ਡਰੋਪ ਕਰ ਦਾਂਗੇ 10%, ਅਤੇ ਲਓ ਜੀ ਆਟੋਮੇਸ਼ਨ ਹੋ ਗਈ ਰੈਡੀ। ਫਿਰ ਉਸ ਤੋਂ ਬਾਅਦ ਜਦੋਂ ਆਪਾਂ ਯੂਟਿਊਬ ਓਪਨ ਕਰਾਂਗੇ ਇਹਦੇ ਨਾਲ ਨਾਲ ਲਗਮਾ ਹੀ ਇਹਨੇ ਵੋਲਿਊਮ ਡਰੋਪ ਕਰ ਦੇਣੀ ਆ 10% 'ਤੇ। ਹੈ ਨਾ ਕਮਾਲ ਦੀ ਚੀਜ਼, ਫਿਰ ਸ਼ੇਅਰ ਕਰੋ ਆਪਦੇ ਦੋਸਤਾਂ ਨੂੰ। ਜੇਕਰ ਤੁਹਾਡਾ ਧਿਆਨ ਨਹੀਂ ਲੱਗਦਾ ਪਿਆ ਕਿ ਕੋਈ ਤੁਸੀਂ ਜਿਵੇਂ ਘਰੇ ਆ ਕੇ ਸੋਸ਼ਲ ਮੀਡੀਆ ਵਗੈਰਾ ਨਹੀਂ ਚਲਾਉਣਾ ਚਾਹੁੰਦੇ ਪਰ ਫਿਰ ਵੀ ਤੁਸੀਂ ਚਲਾ ਰਹੇ ਹਾਂ, ਜਾਂ ਫਿਰ ਕੰਮ 'ਤੇ ਜਾ ਕੇ ਵੀ ਸੋਸ਼ਲ ਮੀਡੀਆ ਚਲਾ ਰਹੇ ਹਾਂ, ਉੱਥੇ ਹਾਲਾਂਕਿ ਅਲਾਊਡ ਵੀ ਹੈ ਨਹੀਂ ਗਾ ਅਤੇ ਉੱਥੇ ਸਿਰਫ ਤੁਹਾਨੂੰ ਕੁਛ ਕੁ ਐਪਸ ਹੈਗੀਆਂ ਜਿਹੜੀਆਂ ਤੁਸੀਂ ਵਰਤ ਸਕਦੇ ਹਾਂ, ਇਹ ਵਾਲੀਆਂ ਚੀਜ਼ਾਂ ਬਾਹਲੀਆਂ ਹੀ ਜ਼ਿਆਦਾ ਸੌਖੀਆਂ, ਆਟੋਮੇਟ ਕਰ ਦਿਉ। ਜ਼ਰੂਰੀ ਐਵੇਂ ਵਾਰੀ ਵਾਰੀ ਸਾਰਾ ਕੁਛ ਆਪ ਕਰਨਾ, ਫੋਨ 'ਤੇ ਆਟੋਮੈਟਿਕ ਕਰ ਦਿਉ, ਮੈਂ ਕਹਿੰਦਾ ਬਾਹਲੀ ਜ਼ਿਆਦਾ ਸੌਖਾ। ਫੋਕਸ ਮੋਡਸ ਸੁਣਿਆ ਤਾਂ ਹੋਊਗਾ ਹੀ ਇਹਦੇ ਬਾਰੇ, ਨਹੀਂ ਸੁਣਿਆ ਮੈਂ ਦੱਸਦਾ ਨਾ। ਬਹੁਤ ਸੌਖਾ, ਸੈਟਿੰਗਸ ਦੇ ਵਿੱਚ ਜਾ ਕੇ ਫੋਕਸ ਦੇ ਵਿੱਚ ਜਾਵਾਂਗੇ, ਇੱਥੇ ਤੁਹਾਡੇ ਕੋਲ ਪ੍ਰੀ ਸੈੱਟ ਆਲਰੇਡੀ ਬਣੇ ਹੋਏ, ਤੁਸੀਂ ਇਹ ਯੂਜ਼ ਕਰਨਾ ਮਰਜ਼ੀ ਤੁਹਾਡੀ ਆ, ਨਹੀਂ ਤਾਂ ਆਪਾਂ ਕਸਟਮ ਵੀ ਇੱਥੇ ਬਣਾ ਸਕਦੇ ਹਾਂ ਜਿਵੇਂ ਇੱਥੇ ਆਪਾਂ ਨੂੰ ਆਪਸ਼ਨਸ ਦਿੱਤੇ ਹੋਏ ਆ, ਆਪਾਂ ਸਿਲੈਕਟ ਕਰ ਲੈਂਦੇ ਹਾਂ ਜਿਵੇਂ ਗੇਮਿੰਗ, ਇੱਥੇ ਕਸਟਮਾਈਜ਼ ਕਰਕੇ ਇੱਥੇ ਪੀਪਲ ਦੇ ਵਿੱਚ ਆਪਣੇ ਕੋਲ ਆਪਸ਼ਨ ਆ ਜਾਂਦਾ ਕਿ ਕਿੰਨਾ ਤੋਂ ਆਪਾਂ ਅਲਾਓ ਕਰਨੀ ਆ, ਆਪਾਂ ਨੈਕਸਟ ਕਰਕੇ ਫਿਰ ਆਪਣੇ ਕੋਲ ਆ ਜਾਂਦਾ ਕਿ ਹਾਂ ਸਿਰਫ ਫੇਵਰੇਟ ਤੋਂ ਹੀ ਕਾਲ ਆਵੇ। ਚੂਜ਼ ਐਪ, ਇੱਥੇ ਆਪਾਂ ਐਪਸ ਕਰ ਸਕਦੇ ਹਾਂ ਕਿ ਅਲਾਓ ਕੀਤੋਂ ਕਰਨੀ ਆ ਜਾਂ ਫਿਰ ਸਾਇਲੈਂਟ ਕੀਤੋਂ ਕਰਨੀ ਆ, ਇਹ ਤੁਹਾਡੇ ਕੋਲ ਆਪਸ਼ਨ ਆ, ਇਹ ਤੁਸੀਂ ਸਿਲੈਕਟ ਕਰ ਸਕਦੇ ਹਾਂ। ਫਿਰ ਉਸ ਤੋਂ ਬਾਅਦ ਆਪਣੇ ਕੋਲ ਆਪਸ਼ਨ ਆ ਜਾਂਦਾ ਕਿ ਲੌਕ ਸਕਰੀਨ 'ਤੇ ਸ਼ੋ ਹੋਵੇ, ਇਹ ਸਾਰੀਆਂ ਚੀਜ਼ਾਂ ਹੈਗੀਆਂ। ਨੋਟੀਫਿਕੇਸ਼ਨਸ ਆਲਵੇਸ ਆਪਣੀਆਂ ਸਾਇਲੈਂਸ ਹੋਣਗੀਆਂ, ਇਹਦੇ ਵਿੱਚ ਆਪਣੇ ਕੋਲ ਆਪਸ਼ਨ ਹੈਗਾ। ਇੱਥੇ ਤੁਸੀਂ ਆਪਦਾ ਵਾਲਪੇਪਰ ਵੀ ਚੂਜ਼ ਕਰ ਸਕਦੇ ਹਾਂ, ਇਟਸ ਯੋਰ ਚੋਇਸ। ਫਿਰ ਉਸ ਤੋਂ ਬਾਅਦ ਆਪਣੇ ਕੋਲ ਹੋਮ ਪੇਜ ਦਾ ਆਪਸ਼ਨ ਆ ਜਾਂਦਾ ਕਿ ਜਿਵੇਂ ਇਹਨੇ ਕਰਤਾ ਕਿ ਸਿਰਫ ਔਰ ਸਿਰਫ ਗੇਮਸ ਹੀ ਇੱਥੇ ਸ਼ੋ ਕਰ ਰਿਹਾ ਕਿ ਜਿਹੜੀਆਂ ਆਪਣੇ ਕੋਲ ਗੇਮਸ ਹੈਗੀਆਂ ਉਹ ਵਾਲਾ ਸਿਲੈਕਟ ਕਰਨਾ, ਜਾਂ ਫਿਰ ਇਹਦੇ ਬਾਕੀ ਤੁਸੀਂ ਕੋਈ ਨਾ ਕੋਈ ਪੇਜਸ ਵਗੈਰਾ ਸਿਲੈਕਟ ਕਰਨਾ ਚਾਹੁੰਦੇ ਆ ਉਹ ਤੁਸੀਂ ਕਰ ਸਕਦੇ ਹਾਂ, ਇਟਸ ਯੋਰ ਚੋਇਸ। ਕੈਜੂਅਲ, ਇੱਥੇ ਆਪਣੇ ਕੋਲ ਆਪਸ਼ਨ ਆ ਜਾਂਦਾ ਸਮਾਰਟ ਐਕਟੀਵੇਸ਼ਨ ਜੇ ਕਰਨੀ ਆ ਉਹ ਕਰ ਸਕਦੇ ਹਾਂ। ਕੈਜੂਅਲ ਦੇ ਵਿੱਚ ਟਾਈਮ, ਲੋਕੇਸ਼ਨ, ਐਪ, ਇਹ ਸਾਰੇ ਆਪਸ਼ਨ ਹੈਗੇ ਆ ਕਿ ਜਦੋਂ ਕੋਈ ਨਾ ਕੋਈ ਤੁਸੀਂ ਗੇਮ ਓਪਨ ਕਰੋਗੇ ਤਾਂ ਆਟੋਮੈਟਿਕਲੀ ਇਹ ਸਟਾਰਟ ਹੋ ਜੂਗਾ, ਜਾਂ ਫਿਰ ਟਾਈਮ ਜਾਂ ਲੋਕੇਸ਼ਨ ਦੇ ਅਕੋਰਡਿੰਗਲੀ ਸੈੱਟ ਕਰਨਾ, ਇਟਸ ਯੋਰ ਚੋਇਸ। ਆਪਣੇ ਕੋਲ ਫੋਕਸ ਫਿਲਟਰਸ ਵੀ ਮਿਲ ਜਾਂਦੇ ਆ, ਇਟਸ ਯੋਰ ਚੋਇਸ ਕਿਹੜੀ ਚੀਜ਼ ਸੈੱਟ ਕਰਨੀ। ਇਹਦੇ ਨਾਲ ਕਾਫੀ ਜ਼ਿਆਦਾ ਬੰਦਾ ਫੋਕਸ ਹੋ ਜਾਂਦਾ, ਵਾਰੀ ਵਾਰੀ ਇਹ ਨਹੀਂ ਹੈਗਾ ਕਿ ਵਾਰੀ ਵਾਰੀ ਆਪਾਂ ਸੋਸ਼ਲ ਮੀਡੀਆ ਓਪਨ ਕਰਾਂਗੇ, ਕਿਉਂਕਿ ਸਾਰੀ ਦਿਹਾੜੀ ਸਕਰੋਲਿੰਗ ਬਹੁਤ ਹੀ ਚੰਗੀ ਵੀ ਹੈ ਨਹੀਂ ਗੀ। ਫਿਰ ਥੋੜ੍ਹਾ ਆਪਦੇ ਫੈਮਲੀ ਨਾਲ ਟਾਈਮ ਸਪੈਂਡ ਕਰੋ, ਸੋਸ਼ਲ ਮੀਡੀਆ ਨੂੰ ਬੰਦ ਕਰ ਦਿਉ ਐਟਲੀਸਟ ਜਦੋਂ ਤੁਸੀਂ ਘਰੇ ਆਉਂਦੇ ਆ।
ਇਹ ਸਾਰਾ ਕੁਛ ਇਹ ਟਰਾਈ ਕਰਕੇ ਦੇਖਿਓ ਤੇ ਫਿਰ ਟਰਾਈ ਕਰਨ ਤੋਂ ਬਾਅਦ ਮੈਨੂੰ ਮਾੜੇ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਨੂੰ ਅਸਲ ਦੇ ਵਿੱਚ ਫਰਕ ਲੱਗਿਆ ਕਿ ਨਹੀਂ। ਜੇਕਰ ਤੁਹਾਨੂੰ ਆਈਫੋਨ ਤੇ ਬੈਟਰੀ ਦੀ ਪ੍ਰੋਬਲਮ ਆਉਂਦੀ ਰਹਿੰਦੀ ਹੈ ਕਿ ਬੈਟਰੀ ਬਾਹਲੀ ਛੇਤੀ ਲੋਅ ਹੋ ਜਾਂਦੀ ਹੈ ਜਾਂ ਫਿਰ ਤੁਸੀਂ ਜ਼ਿਆਦਾ ਫੋਨ ਯੂਜ਼ ਕਰਦੇ ਹਾਂ, ਉਹ ਵੱਖਰੀ ਗੱਲ ਆ, ਪਰ ਜੇਕਰ ਨੋਰਮਲ ਯੂਸੇਜ ਤੇ ਵੀ ਤੁਹਾਨੂੰ ਹੋ ਜਾਂਦਾ ਕਿ ਯਾਰ ਬੈਟਰੀ ਬਾਹਲੀ ਛੇਤੀ ਲੋਅ ਹੁੰਦੀ ਪਈ ਆ, ਤੇ ਫਿਰ ਉਹਦੇ ਵਾਸਤੇ ਕੁਛ ਕੁ ਟ੍ਰਿਕਸ ਦੱਸਦਾ ਉਹਦੇ ਨਾਲ ਤੁਸੀਂ ਬੈਟਰੀ ਵਗੈਰਾ ਸੇਵ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਆਟੋਮੇਸ਼ਨ ਲਾ ਲਈਏ ਤੇ ਫਿਰ ਉਸ ਤੋਂ ਬਾਅਦ ਆਹਲੀ ਅਗਲੀ ਟਿਪ ਵੀ ਜਿਹੜੀ ਹੈਗੀ ਆ ਨਾ ਐਪਸ ਬਾਰੇ ਹੈਗੀ ਆ, ਬੈਟਰੀ ਸੇਵ ਕਰੂਗੀ, ਭੁੱਲ ਕੇ ਉਹ ਨਾ ਕਰਿਓ, ਧਿਆਨ ਨਾਲ ਸੁਣਿਓ। ਆਪਦੀ ਸ਼ਾਰਟਕੱਟ ਐਪਸ ਦੇ ਵਿੱਚ ਆ ਕੇ ਆਟੋਮੇਸ਼ਨਸ ਦੇ ਵਿੱਚ ਆਵਾਂਗੇ, ਇੱਥੇ ਨਿਊ ਆਟੋਮੇਸ਼ਨ ਕ੍ਰੀਏਟ ਕਰਾਂਗੇ। ਥੋੜ੍ਹਾ ਜਿਹਾ ਸਕਰੋਲ ਜਦੋਂ ਆਪਾਂ ਕਰਦੇ ਹਾਂ ਇੱਥੇ ਆਪਣੇ ਕੋਲੇ ਬੈਟਰੀ ਲੈਵਲ ਦਾ ਆਪਸ਼ਨ ਆ ਜਾਂਦਾ, ਇੱਥੇ ਆਪਣੇ ਕੋਲੇ ਆਜੂਗਾ ਫਾਲਸ ਬਿਲੋ 50। ਤੁਸੀਂ ਆਪਦੀ ਮਰਜ਼ੀ ਨਾਲ ਇੱਥੇ ਸਿਲੈਕਟ ਵੀ ਕਰ ਸਕਦੇ ਹਾਂ ਕਿ ਤੁਸੀਂ ਕਿੰਨਾ ਰੱਖਣਾ ਚਾਹੁੰਦੇ ਹਾਂ। ਇੱਥੇ ਫਾਲਸ ਬਿਲੋ ਆਪਾਂ ਕਰ ਦਾਂਗੇ ਰਨ, ਇਮੀਡੀਏਟਲੀ ਕਰ ਦਾਂਗੇ ਨੈਕਸਟ 'ਤੇ ਕਲਿੱਕ ਕਰਕੇ ਨਿਊ ਬਲੈਂਕ ਆਟੋਮੇਸ਼ਨ। ਇੱਥੇ ਆਪਾਂ ਕਰਾਂਗੇ ਲੋ ਪਾਵਰ, ਆਪਾਂ ਸਰਚ ਕਰਾਂਗੇ ਸੈੱਟ ਲੋ ਪਾਵਰ ਮੋਡ ਆਜੂਗਾ, ਇੱਥੇ ਟਰਨ ਲੋ ਪਾਵਰ ਮੋਡ ਔਨ ਕਰ ਦਾਂਗੇ, ਇੱਥੇ ਹੋ ਗਿਆ ਡਨ। ਲਓ ਜੀ, ਹੁਣ ਇਹਦੇ ਨਾਲ ਜੇਕਰ ਤੁਹਾਡੀ ਬੈਟਰੀ 50% ਜਾਂ ਜਿੰਨੇ ਪਰਸੈਂਟ ਵੀ ਤੁਸੀਂ ਸਿਲੈਕਟ ਕੀਤਾ ਉਹ ਤੋਂ 1% ਵੀ ਨੀਚੇ ਆਉਂਦੀ ਆ, ਤੇ ਫਿਰ ਨਾਲ ਲੱਗਵੀਂ ਤੁਹਾਡਾ ਲੋ ਪਾਵਰ ਮੋਡ ਔਨ ਹੋ ਜੂਗਾ ਤੇ ਫਿਰ ਬੈਟਰੀ ਸੇਵ ਹੋ ਜੂਗੀ। ਤੇ ਇੱਕ ਜਿਹੜੀ ਮੈਂ ਗੱਲ ਕਹੀ ਸੀਗੀ ਬਿਲਕੁਲ ਨਹੀਂ ਕਰਨੀ, ਭੁੱਲ ਕੇ ਵੀ ਨਹੀਂ ਕਰਨੀ, ਉਹ ਇਹ ਆ ਕਿ ਜੇਕਰ ਤੁਸੀਂ ਫੋਨ ਬਹੁਤ ਜ਼ਿਆਦਾ ਯੂਜ਼ ਕਰਦੇ ਫਿਰ ਤਾਂ ਬਿਲਕੁਲ ਹੀ ਨਹੀਂ। ਜੇਕਰ ਤੁਹਾਨੂੰ ਪਤਾ ਕਿ ਹਾਂ ਤੁਸੀਂ ਫੋਨ ਹੁਣ ਕੁਛ ਕੁ ਘੰਟੇ ਨਹੀਂ ਯੂਜ਼ ਕਰਨਾ, ਫਿਰ ਮੇ ਵੀ ਤੁਸੀਂ ਕਰ ਸਕਦੇ ਹਾਂ। ਹੁਣ ਗੱਲ ਹੈ ਕਿ ਅਸਲ ਦੇ ਵਿੱਚ ਜਿਹੜੀਆਂ ਤੁਹਾਡੀਆਂ ਪ੍ਰੀਵੀਅਸ ਐਪਸ ਹੈਗੀਆਂ ਉਹ ਮੇਰੇ ਕੋਲ ਤੁਸੀਂ ਆਹ ਦੇਖੋ ਇੰਨੀਆਂ ਜ਼ਿਆਦਾ ਓਪਨ ਆ, ਇਹਨਾਂ ਨੂੰ ਤੁਸੀਂ ਸਾਰੀਆਂ ਨੂੰ ਬੰਦ ਕਰਨ ਦੀ ਲੋੜ ਨਹੀਂ ਹੈਗੀ। ਸਿਰਫ ਔਰ ਸਿਰਫ ਤਾਂ ਬੰਦ ਕਰੋ ਜੇਕਰ ਤੁਹਾਨੂੰ ਪਤਾ ਕਿ ਹੁਣ ਤੁਸੀਂ ਕਈ ਘੰਟੇ ਫੋਨ ਚਲਾਉਣਾ ਨਹੀਂ, ਫਿਰ ਬੰਦ ਕਰ ਸਕਦੇ ਆ। ਵੈਸੇ ਤਾਂ ਵੀ ਲੋੜ ਨਹੀਂ ਹੈਗੀ, ਬੈਕਗਰਾਉਂਡ ਦੇ ਵਿੱਚ ਪਈਆਂ ਰਹਿਣ ਦਿਓ। ਹੁਣ ਇਹਦਾ ਰੀਜ਼ਨ ਕੀ ਆ? ਹੁਣ ਇਹਦਾ ਰੀਜ਼ਨ ਇਹ ਆ ਕਿ ਜੇਕਰ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਕਲੋਜ਼ ਕਰ ਦਿੰਦੇ, ਦੁਬਾਰਾ ਜਦੋਂ ਫਿਰ ਓਪਨ ਕਰੋਗੇ ਉਹਦੇ ਨਾਲ ਬੈਟਰੀ ਕੰਜ਼ਮਪਸ਼ਨ ਵਧੂਗੀ, ਬੈਟਰੀ ਜ਼ਿਆਦਾ ਲੱਗੂਗੀ, ਪਲੱਸ ਰੈਮ ਜ਼ਿਆਦਾ ਲੱਗੂਗੀ, ਪ੍ਰੋਸੈਸਰ ਜ਼ਿਆਦਾ ਲੱਗੂਗਾ, ਪ੍ਰੋਸੈਸਿੰਗ ਪਾਵਰ ਵਗੈਰਾ ਉਹਨੂੰ ਜ਼ਿਆਦਾ ਚਾਹੀਦੀ ਹੈ ਫੋਨ ਨੂੰ ਉਸ ਐਪ ਨੂੰ ਦੁਬਾਰਾ ਇਨੀਸ਼ੀਏਟ ਕਰਨ 'ਤੇ। ਪਰ ਜੇਕਰ ਉਹ ਆਲਰੇਡੀ ਓਪਨ ਸੀਗੀ ਰੈਮ ਦੇ ਵਿੱਚ, ਉਹਨੇ ਥੋੜ੍ਹੀ ਜਿਹੀ ਰੈਮ ਯੂਜ਼ ਕਰਨੀ ਆ, ਫੋਨ ਕੋਈ ਸਲੋ ਨਹੀਂ ਹੋ ਰਿਹਾ। ਆਈਫੋਨਸ ਬੇਸਿਕਲੀ ਬਣੇ ਹੀ ਇਸ ਤਰੀਕੇ ਨਾਲ ਆ ਕਿ ਉਹ ਬੈਕਗਰਾਉਂਡ ਦੇ ਵਿੱਚ ਐਪਸ ਪਈਆਂ ਰਹਿਣ, ਤੁਸੀਂ ਜਦੋਂ ਵੀ ਖੋਲੋਗੇ ਰਾਈਟ ਵੇ ਐਂ ਖੋਲ ਜੇ, ਯੂ ਨੋ, ਸਮਝੇ ਨਹੀਂ ਸਮਝੇ, ਸਮਝ ਜਾਓਗੇ ਕੋਈ ਨਾ, ਟਰਾਈ ਕਰਕੇ ਦੇਖਿਓ। ਜੇ ਤੁਹਾਨੂੰ ਯਾਦ ਆ ਵੀਡੀਓ ਦੀ ਸਟਾਰਟਿੰਗ 'ਤੇ ਮੈਂ ਇੱਕ ਗੱਲ ਕਹੀ ਸੀਗੀ ਕਿ ਮੈਂ ਪੈਸੇ ਅੱਗੇ ਨਾਲੋਂ ਸੇਵ ਕਰਨੇ ਸ਼ੁਰੂ ਕਰਤੇ ਜਾਂ ਫਿਰ ਖਰਚਾ ਘੱਟ ਕਰਨਾ ਸ਼ੁਰੂ ਕਰਤਾ, ਉਹ ਕਿਸ ਤਰੀਕੇ ਨਾਲ? ਉਹ ਹੈਗਾ ਬਜਟ ਨੂੰ ਮੈਨੇਜ ਕਰਨਾ ਜਾਂ ਫਿਰ ਐਕਚੁਅਲ ਦੇ ਵਿੱਚ ਉਹ ਸਾਰਾ ਦੇਖਣਾ ਕਿ ਕਿੰਨਾ ਤੁਸੀਂ ਖਰਚਾ ਕਰਦੇ ਪਏ ਹਾਂ। ਅੱਜ ਕੱਲ੍ਹ ਹੁਣ ਆਪਾਂ ਵਾਲਟ ਦਾ ਯੂਜ਼ ਕਰਦੇ ਹਾਂ ਨਾ, ਐਪਲ ਵਾਲਟ ਹੋ ਗਿਆ ਜਾਂ ਸੈਮਸੰਗ ਵਾਲਟ, ਉਹ ਸਾਰੀਆਂ ਚੀਜ਼ਾਂ ਆਪਾਂ ਯੂਜ਼ ਕਰਦੇ ਹਾਂ। ਹੁਣ ਖਾਸ ਕਰਕੇ ਐਪਲ ਵਾਲਟ ਦੇ ਵਿੱਚ ਆਪਾਂ ਸਾਰੇ ਕਾਰਡਸ ਵਗੈਰਾ ਐਡ ਕੀਤੇ ਹੁੰਦੇ ਆ ਮੇਰੇ ਵਾਂਗੂ, ਮੈਂ ਤਾਂ ਕੀਤੇ ਹੋਏ ਆ, ਮੈਂ ਤਦੇ ਹਰ ਜਗ੍ਹਾ 'ਤੇ ਬਸ ਕੋਈ ਡਨ, ਐਪਲ ਪੇ ਡਨ। ਹੁਣ ਇਹਨੂੰ ਮੈਨੇਜ ਕਰਨਾ ਬਹੁਤ ਹੀ ਜ਼ਿਆਦਾ ਸਿੰਪਲ ਆ, ਯੂ ਗੈਸ ਇਟ ਰਾਈਟ, ਆਟੋਮੇਸ਼ਨਸ। ਸ਼ਾਰਟਕੱਟ ਐਪ ਦੇ ਵਿੱਚ ਜਾਵਾਂਗੇ, ਸ਼ਾਰਟਕੱਟ ਐਪ ਦੇ ਵਿੱਚ ਆ ਕੇ ਆਪਾਂ ਆਟੋਮੇਸ਼ਨਸ ਪਲੱਸ ਇੱਥੇ ਆਪਾਂ ਟ੍ਰਾਂਜੈਕਸ਼ਨ ਸਰਚ ਕਰਾਂਗੇ, ਉਸ ਤੋਂ ਬਾਅਦ ਇੱਥੇ ਤੁਹਾਡੇ ਕੋਲ ਸਾਰੇ ਕਾਰਡਸ ਆ ਜਾਣਗੇ, ਤੁਸੀਂ ਆਪਦਾ ਕਾਰਡ ਸਿਲੈਕਟ ਕਰ ਲੈਣਾ ਜਿਹੜਾ ਵੀ ਹੈਗਾ, ਇੱਕ ਕਾਰਡ ਇੱਕ ਟਾਈਮ 'ਤੇ ਜ਼ਿਆਦਾ ਵਧੀਆ ਰਹਿੰਦਾ, ਨੈਕਸਟ ਕਰਕੇ ਉਸ ਤੋਂ ਬਾਅਦ ਇੱਥੇ ਨਿਊ ਬਲੈਂਕ ਆਟੋਮੇਸ਼ਨ 'ਤੇ ਜਾਵਾਂਗੇ ਅਤੇ ਉਸ ਤੋਂ ਬਾਅਦ ਆਪਾਂ ਇੱਥੇ ਇੱਕ ਆਪਦੀ ਐਪ ਸਿਲੈਕਟ ਕਰਾਂਗੇ। ਹੁਣ ਇੱਥੇ ਕਾਫੀ ਜ਼ਿਆਦਾ ਬਜਟਿੰਗ ਐਪਸ ਵਗੈਰਾ ਹੈਗੀਆਂ, ਉਹ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹਾਂ ਜਿਹੜੀ ਵੀ ਤੁਹਾਡੀ ਫੇਵਰੇਟ ਆ। ਇੱਕ ਹੈਗੀ ਆ YNAB, ਆਪਾਂ ਇਹ ਵਾਲੀ ਸਿਲੈਕਟ ਕਰਾਂਗੇ, ਇੱਥੇ ਆਪਣੇ ਕੋਲ ਆਪਸ਼ਨ ਆਜੂਗਾ ਐਡ ਨਿਊ ਟ੍ਰਾਂਜੈਕਸ਼ਨ, ਇਹਤੇ ਕਲਿੱਕ ਕਰਾਂਗੇ। ਫਿਰ ਉਸ ਤੋਂ ਬਾਅਦ ਆਪਣੇ ਕੋਲ ਆਹ ਤੁਸੀਂ ਦੇਖ ਰਹੇ ਤੇ ਆਪਣਾ ਥੋੜ੍ਹਾ ਲਾਈਟ ਕਲਰ ਜਿਹਾ ਹੋਇਆ ਹੋਇਆ, ਅਮਾਊਂਟ 'ਤੇ ਕਲਿੱਕ ਕਰਾਂਗੇ, ਸ਼ਾਰਟਕੱਟ ਇਨਪੁੱਟ ਦੇ ਵਿੱਚ ਜਾ ਕੇ ਅਮਾਊਂਟ ਇੱਥੇ ਆਪਾਂ ਸਿਲੈਕਟ ਕਰ ਲੈਣਾ। ਫਿਰ ਉਸ ਤੋਂ ਬਾਅਦ ਤੁਸੀਂ ਆਪਦਾ ਅਕਾਊਂਟ ਸਿਲੈਕਟ ਕਰਨਾ ਜਾਂ ਫਿਰ ਕੈਟੇਗਰੀ ਵਗੈਰਾ ਜਿਹੜਾ ਕੁਛ ਵੀ ਤੁਸੀਂ ਆਪਦਾ ਉਸ ਐਪ ਦੇ ਵਿੱਚ ਸਾਰਾ ਸੈੱਟ ਕੀਤਾ ਹੋਇਆ ਤੁਸੀਂ ਉਹ ਸਿਲੈਕਟ ਕਰਕੇ ਇਹਨੂੰ ਕਰ ਦੇਣਾ ਡਨ। ਅਤੇ ਹੁਣ ਅਗਲੀ ਵਾਰੀ ਜਦੋਂ ਵੀ ਤੁਸੀਂ ਕਿਤੇ ਨਾ ਕਿਤੇ ਟੈਪ ਕਰੋਗੇ ਰਾਈਟ ਵੇ, ਉਹ ਵਾਲੀ ਸਾਰੀ ਇਨਫੋਰਮੇਸ਼ਨ ਜਿਹੜੀ ਬੇਸਿਕਲੀ ਹੈਗੀ ਹੈ ਕਿ ਕਿੰਨੀ ਅਮਾਊਂਟ ਸੀ, ਕਿੱਥੇ ਸੀ, ਉਹ ਸਾਰੀ ਉੱਥੇ ਡੇਟਾਬੇਸ ਦੇ ਵਿੱਚ ਲਿਖੀ ਜਾਊਗੀ। ਤੁਹਾਡਾ ਫਿਰ ਖਰਚਾ ਇਸ ਤਰੀਕੇ ਨਾਲ ਘੱਟ ਜੂਗਾ, ਕਿਉਂਕਿ ਫਿਰ ਤੁਸੀਂ ਦੇਖੋਗੇ ਯਾਰ ਹਾਂ ਥੋੜ੍ਹਾ ਜ਼ਿਆਦਾ ਕੰਮ ਵੱਧਦਾ ਪਿਆ, ਜੇਕਰ ਤੁਸੀਂ ਆਪਦੀਆਂ ਬੈਂਕ ਸਟੇਟਮੈਂਟਸ ਵਗੈਰਾ ਨਹੀਂ ਚੈੱਕ ਕਰਦੇ ਤਾਂ। ਇਹ ਕਾਫੀ ਵਧੀਆ ਤਰੀਕਾ ਹੈਗਾ
ਮੈਨੇਜ ਕਰਨ ਵਾਸਤੇ। ਹੁਣ ਫਿਰ ਇਮੈਜਿਨ ਕਰੋ ਕਿ ਤੁਹਾਡੇ ਪਾਰਟਨਰ ਨੇ ਜਾਂ ਫਿਰ ਤੁਹਾਡੇ ਘਰਦਿਆਂ ਨੇ ਤੁਹਾਨੂੰ ਕਿਹਾ ਸੀਗਾ ਕਿ ਹਾਂ ਭਾਈ ਜਦੋਂ ਤੂੰ ਆਪਦੇ ਕੰਮ 'ਤੇ ਜਾਂ ਫਿਰ ਜਿੱਥੇ ਵੀ ਤੁਸੀਂ ਜਾ ਰਹੇ ਸੀਗੇ ਕਿ ਉੱਥੇ ਪਹੁੰਚ ਕੇ ਮੈਸੇਜ ਕਰ ਦੀ ਕਿ ਹਾਂ ਭਾਈ ਤੁਸੀਂ ਪਹੁੰਚ ਗਏ ਅਤੇ ਤੁਸੀਂ ਭੁੱਲ ਜਾਂਦੇ ਆ, ਗਾਲਾਂ ਤਾਂ ਸੁਣੀਆਂ ਪੈਣੀਆਂ ਹੀ ਆ, ਫਿਰ ਕੋਈ ਆਪਸ਼ਨ ਨਹੀਂ। ਪਰ ਫਿਰ ਜੇਕਰ ਆਪਾਂ ਉਹਨੂੰ ਵੀ ਆਟੋਮੇਟ ਕਰ ਦਈਏ, ਘੈਂਟ ਨਾ ਹੋਜੂ ਕੰਮ, ਬਾਹਲਾ ਹੀ ਜ਼ਿਆਦਾ ਸੌਖਾ। ਆ ਜਾਓ ਫਿਰ ਸ਼ੋਰਟਕੱਟ ਐਪ ਦੇ ਵਿੱਚ। ਪਲੱਸ ਇਹਦੇ ਵਿੱਚ ਥੋੜ੍ਹਾ ਜਿਹਾ ਬੋਨਸ ਵੀ ਹੈਗਾ ਇਸੇ ਆਟੋਮੇਸ਼ਨ ਦਾ, ਉਹ ਵੀ ਮੈਂ ਦੱਸਦਾ। ਸ਼ੋਰਟਕੱਟ ਐਪ ਦੇ ਵਿੱਚ ਆ ਕੇ ਆਪਾਂ ਆਟੋਮੇਸ਼ਨਸ, ਫਿਰ ਇੱਥੇ ਆਪਣੇ ਕੋਲ ਅਰਾਈਵ ਦਾ ਆਪਸ਼ਨ ਆ ਜਾਂਦਾ। ਹੁਣ ਇੱਥੇ ਅਰਾਈਵ 'ਤੇ ਆਪਾਂ ਸਿਲੈਕਟ ਕਰਕੇ ਲੋਕੇਸ਼ਨ ਆਪਦੀ ਚੂਜ਼ ਕਰ ਲਾਂਗੇ ਕਿ ਕਿਹੜੀ ਲੋਕੇਸ਼ਨ ਸਿਲੈਕਟ ਕਰਨੀ ਹੈ, ਕਿ ਹਾਂ ਆਪਾਂ ਕਿੱਥੇ ਪਹੁੰਚੇ ਹਾਂ। ਇੱਥੇ ਟਾਈਮ ਰੇਂਜ ਸਿਲੈਕਟ ਕਰ ਸਕਦੇ ਹਾਂ ਐਨੀ ਟਾਈਮ, ਰਨ ਇਮੀਡੀਏਟਲੀ ਕਿ ਨਿਊ ਬਲੈਂਕ ਆਟੋਮੇਸ਼ਨ 'ਤੇ ਆਪਾਂ ਸਿਲੈਕਟ ਕਰ ਲੈਣਾ। ਇੱਥੇ ਸੈਂਡ ਮੈਸੇਜ, ਇੱਥੇ ਆਪਾਂ ਮੈਸੇਜ ਕਰ ਦੇਣਾ। ਫਿਰ ਉਸ ਤੋਂ ਬਾਅਦ ਇੱਥੇ ਕੋਈ ਵੀ ਆਪਦਾ ਕੰਟੈਕਟ ਸਿਲੈਕਟ ਕਰ ਲਓ, ਸਿਲੈਕਟ ਕਰਕੇ ਕਰ ਦੇਣਾ ਡਨ। ਅਤੇ ਫਿਰ ਇੱਥੇ ਸ਼ੋ ਵੈਨ ਰਨ ਇਹ ਸਿਲੈਕਟ ਕਰਨਾ, ਇਹ ਤੁਸੀਂ ਕਰ ਦਿਉ ਅਤੇ ਉਸ ਤੋਂ ਬਾਅਦ ਕਰਤਾ ਆਪਾਂ ਡਨ। ਹੁਣ ਇਹਦੇ ਵਿੱਚ ਐਕਸਟਰਾ ਕੀ ਚੀਜ਼ ਸੀਗੀ, ਜੇਕਰ ਤੁਸੀਂ ਫਿਰ ਦੁਬਾਰਾ ਪਲੱਸ 'ਤੇ ਜਾਓਗੇ, ਇੱਥੇ ਤੁਸੀਂ ਦੇਖਿਆ ਬਿਫੋਰ ਆਈ ਕਮਿਊਟ 'ਤੇ ਆਪਸ਼ਨ ਆਉਂਦਾ ਜਿਹੜਾ, ਉਹ ਤੁਸੀਂ ਇਹ ਕਰ ਸਕਦੇ ਹਾਂ ਕਿ ਪ੍ਰਿਡਿਕਟ ਕਿ ਜਦੋਂ ਤੁਸੀਂ ਆਪਦਾ ਘਰੇ ਆ ਰਹੇ ਹਾਂ ਜਾਂ ਫਿਰ ਘਰੋਂ ਨਿਕਲਣਾ ਤੁਸੀਂ, ਫਿਰ ਜੇਕਰ ਤੁਸੀਂ ਆਪਦਾ ਕੰਟੈਕਟ ਸੇਵ ਕੀਤਾ ਹੋਇਆ ਫੋਨ ਦੇ ਵਿੱਚ, ਤੁਸੀਂ ਆਪਦੇ ਆਪ ਨੂੰ ਮੈਸੇਜ ਕਰ ਸਕਦੇ ਹਾਂ ਜਾਂ ਫਿਰ ਕੋਈ ਨਾ ਕੋਈ ਤੁਸੀਂ ਰਿਮਾਈਂਡਰ, ਉਹ ਵਾਲੀਆਂ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ ਕਿ ਹਾਂ ਭਾਈ ਏਸੀ ਬੰਦ ਕਰਤਾ, ਲਾਈਟਾਂ ਬੰਦ ਕਰਤੀਆਂ, ਜਿਹੜਾ ਕੁਛ ਮਰਜ਼ੀ, ਯੂ ਨੋ। ਆਪਦੇ ਆਪ ਨੂੰ ਤੁਸੀਂ ਇਹ ਵੀ ਕਹਿ ਸਕਦੇ ਹਾਂ ਹਾਂ ਤੁਸੀਂ ਦਵਾਈਆਂ ਖਾ ਲਈਆਂ ਜਾਂ ਫਿਰ ਕੁਛ ਵੀ, ਐਂਡਲੈਸ ਪੋਸੀਬਿਲਿਟੀਜ਼ ਆ, ਕੁਛ ਵੀ ਕਰ ਸਕਦੇ। ਮਾੜਾ ਟਰਾਈ ਕਰਕੇ ਦੇਖਿਓ, ਇੱਦਾਂ ਨਾ ਆਪਦੀ ਲਾਈਫ ਸੌਖੀ ਕਰੀ ਦੀ ਹੁੰਦੀ ਆ, ਸਮਝੇ। ਹੁਣ ਫਿਰ ਵਾਰੀ ਵਾਰੀ ਆਪਦੇ ਫੋਨ ਦੀ ਓਰੀਐਂਟੇਸ਼ਨ ਮੈਨੂਅਲੀ ਤੁਸੀਂ ਕਾਹਤੋਂ ਸੈੱਟ ਕਰਦੇ ਪਏ, ਉਹਨੂੰ ਵੀ ਆਟੋਮੇਟ ਕਰ ਲਓ, ਬਾਹਲਾ ਹੀ ਜ਼ਿਆਦਾ ਸੌਖਾ। ਆਟੋਮੇਸ਼ਨ ਪਲੱਸ 'ਤੇ ਕਲਿੱਕ ਕਰਾਂਗੇ, ਇੱਥੇ ਆਪਾਂ ਐਪ ਸਿਲੈਕਟ ਕਰਾਂਗੇ। ਇੱਥੇ ਆਪਾਂ ਨੂੰ ਦੋ ਆਟੋਮੇਸ਼ਨਸ ਬਣਾਉਣੀਆਂ ਪੈਣਗੀਆਂ, ਕਿਉਂਕਿ ਫਿਰ ਇੱਕ ਆਪਾਂ ਜਦੋਂ ਐਪ ਨੂੰ ਓਪਨ ਕਰਾਂਗੇ ਅਤੇ ਫਿਰ ਉਸ ਤੋਂ ਬਾਅਦ ਐਪ ਨੂੰ ਜਦੋਂ ਬੰਦ ਕਰਾਂਗੇ, ਉਹ ਸਮਝ ਗਏ ਨਾ। ਬਸ ਇੱਥੇ ਐਪ ਸਿਲੈਕਟ ਕਰਾਂਗੇ, ਆਪਾਂ ਇੱਥੇ ਯੂਟਿਊਬ ਵੀ ਸਿਲੈਕਟ ਕਰਾਂਗੇ। ਯੂਟਿਊਬ ਆਪਾਂ ਸਿਲੈਕਟ ਕਰ ਲਈ, ਇੱਥੇ ਜਿੰਨੀਆਂ ਮਰਜ਼ੀ ਐਪ ਸਿਲੈਕਟ ਕਰ ਸਕਦੇ ਹਾਂ, ਚੋਇਸ ਇਜ਼ ਯੋਰਸ। ਮੈਂ ਕੱਲ੍ਹ ਯੂਟਿਊਬ 'ਤੇ ਟੈਸਟਿੰਗ ਕਰੂੰਗਾ। ਰਨ ਇਮੀਡੀਏਟਲੀ ਆਪਾਂ ਨੂੰ ਕਨਫਰਮੇਸ਼ਨ ਨਹੀਂ ਚਾਹੀਦੀ। ਫਿਰ ਉਸ ਤੋਂ ਬਾਅਦ ਨੈਕਸਟ ਕਰਾਂਗੇ, ਬਲੈਂਕ ਦੇ ਵਿੱਚ ਜਾ ਕੇ ਸੈੱਟ ਓਰੀਐਂਟੇਸ਼ਨ, ਸੈੱਟ ਓਰੀਐਂਟੇਸ਼ਨ ਇੱਥੇ ਟੋਗਲ ਆਪਾਂ ਕਰ ਦੇਣਾ ਜੀ ਟਰਨ, ਇਹਨੂੰ ਕਰ ਦੇਣਾ ਆਪਾਂ ਆਫ, ਇਹ ਤੇ ਹੋ ਗਿਆ ਡਨ। ਹੁਣ ਉਸੇ ਤਰੀਕੇ ਨਾਲ ਹੁਣ ਤੁਸੀਂ ਪਲੱਸ 'ਤੇ ਕਲਿੱਕ ਕਰਕੇ ਐਪ, ਫਿਰ ਉਸ ਤੋਂ ਬਾਅਦ ਇੱਥੇ ਆਪਾਂ ਕਲੋਜ਼ 'ਤੇ ਕਲਿੱਕ ਕਰਾਂਗੇ, ਰਨ ਆਟੋਮੈਟਿਕਲੀ, ਅਤੇ ਫਿਰ ਦੁਬਾਰਾ ਫਿਰ ਆਪਾਂ ਆਪਦੀਆਂ ਉਹੀ ਐਪਸ ਸਿਲੈਕਟ ਕਰਾਂਗੇ, ਡਨ ਕਰਾਂਗੇ। ਨੈਕਸਟ ਕਰਕੇ ਆਟੋਮੇਸ਼ਨ, ਇੱਥੇ ਓਰੀਐਂਟੇਸ਼ਨ ਆਪਾਂ ਸਿਲੈਕਟ ਕਰਾਂਗੇ, ਸੈੱਟ ਓਰੀਐਂਟੇਸ਼ਨ ਟੋਗਲ 'ਤੇ ਕਲਿੱਕ ਕਰਕੇ ਟਰਨ ਆਪਾਂ ਕਰ ਦੇਣਾ ਔਨ। ਫਿਰ ਹੁਣ ਜਦੋਂ ਤੁਸੀਂ ਯੂਟਿਊਬ ਓਪਨ ਕਰੋਗੇ, ਇੱਥੇ ਆਪਣੇ ਓਰੀਐਂਟੇਸ਼ਨ ਆਪਾਂ ਕਰਤੀ ਬੰਦ, ਯੂਟਿਊਬ ਓਪਨ ਕਰਾਂਗੇ ਅਤੇ ਨਾਲ ਲਗਵੀਂ ਆਪਣੀ ਓਰੀਐਂਟੇਸ਼ਨ ਹੋ ਗਈ ਸਹੀ। ਆਪਾਂ ਇੱਥੇ ਲਓ ਜੀ ਇਹ ਆਪਣੀ ਓਰੀਐਂਟੇਸ਼ਨ ਪ੍ਰੋਪਰ ਚੱਲਦੀ ਪਈ ਆ। ਫਿਰ ਉਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਐਪ ਨੂੰ ਆਪਾਂ ਕੀਤਾ ਬੰਦ, ਲਓ ਜੀ ਓਰੀਐਂਟੇਸ਼ਨ ਫਿਰ ਆਪਣੀ ਹੋ ਗਈ ਬੰਦ। ਅਗਲਾ ਸ਼ਾਰਟਕੱਟ ਜਾਂ ਫਿਰ ਆਟੋਮੇਸ਼ਨ ਕਹਿ ਲਓ, ਇਹ ਤੁਹਾਡੀ ਜਾਨ ਬਚਾ ਸਕਦਾ। ਉਹ ਕਿਸ ਤਰੀਕੇ ਨਾਲ, ਬਾਈ ਚਾਂਸ ਜੇਕਰ ਤੁਸੀਂ ਕਿਤੇ ਜਾਣੇ ਪਏ ਆ, ਰਾਤ ਨੂੰ ਤੁਸੀਂ ਇਕੱਲੇ ਜਾਣੇ ਪਏ ਆ, ਫਿਰ ਤੁਹਾਨੂੰ ਕੋਈ ਨਾ ਕੋਈ ਐਮਰਜੈਂਸੀ ਪੈ ਜਾਂਦੀ ਹੈ, ਇਹ ਵਾਲੀ ਆਟੋਮੇਸ਼ਨ ਦੇ ਨਾਲ ਲੱਗਵੀਂ ਤੁਹਾਡੇ ਕੰਟੈਕਟਸ ਨੂੰ ਪਤਾ ਲੱਗ ਜੂਗਾ, ਤੁਹਾਡੀ ਲੋਕੇਸ਼ਨ ਦਾ ਕੀ ਮੈਸੇਜ ਹੈਗਾ, ਉਹ ਸਾਰੀਆਂ ਚੀਜ਼ਾਂ ਤੁਸੀਂ ਰਾਈਟ ਵੇ ਸੈੱਟ ਕਰ ਸਕਦੇ ਆ ਆਟੋਮੈਟਿਕਲੀ। ਇੱਕ ਵਾਰੀ ਸੈੱਟ ਕਰਨਾ ਬਸ, ਜਿਹੜੀ ਵੀ ਤੁਸੀਂ ਟ੍ਰਿਗਰ ਰੱਖੋਗੇ, ਤੁਸੀਂ ਆਵਾਜ਼ ਨਾਲ ਜਾਂ ਫਿਰ ਆਪਦੇ ਫੋਨ 'ਤੇ ਟੈਪ ਵਗੈਰਾ ਜਾਂ ਫਿਰ ਸੀਰੀ ਨੂੰ ਕਹਿ ਕੇ ਕੁਛ ਵੀ ਕਹਿ ਕੇ ਉਹ ਚੀਜ਼ ਐਕਟੀਵੇਟ ਕੀਤੀ ਜਾ ਸਕਦੀ ਹੈ, ਸਾਰੀ ਡਿਟੇਲ ਉਹਨਾਂ ਕੋਲ ਚਲੀ ਜਾਊਗੀ। ਆਪਾਂ ਸ਼ਾਰਟਕੱਟਸ ਦੇ ਵਿੱਚ ਜਾ ਕੇ ਗੈਲਰੀ ਦੇ ਵਿੱਚ ਜਾਵਾਂਗੇ, ਉਸ ਤੋਂ ਬਾਅਦ ਇੱਥੇ ਸ਼ਾਰਟਕੱਟ ਫੋਰ ਅਸੈਸਿਬਿਲਿਟੀ ਦਾ ਆਪਸ਼ਨ ਆ ਜਾਂਦਾ ਆਪਣੇ ਕੋਲ, ਇਨ ਕੇਸ ਆਫ ਐਮਰਜੈਂਸੀ ਆ ਜਾਂਦਾ। ਸੈਟਅਪ ਕਰਾਂਗੇ ਸ਼ਾਰਟਕੱਟ, ਇੱਥੇ ਆਪਣੇ ਕੋਲ ਕੰਟੈਕਟਸ ਦਾ ਆਪਣੇ ਕੋਲ ਆਪਸ਼ਨ ਹੈਗਾ, ਆਪਾਂ ਨੈਕਸਟ ਕਰਕੇ ਉਸ ਤੋਂ ਬਾਅਦ ਇੱਥੇ ਆਪਣੇ ਕੋਲ ਆਟੋਮੈਟਿਕਲੀ ਇਹਦੇ ਵਿੱਚ ਆਪਸ਼ਨ ਆ ਗਿਆ, ਇੱਥੇ ਤੁਸੀਂ ਇਹਨੂੰ ਚੇਂਜ ਵੀ ਕਰ ਸਕਦੇ ਹਾਂ ਜੇਕਰ ਤੁਸੀਂ ਇੱਥੇ ਕੁਛ ਚੇਂਜ ਕਰਨਾ। ਨੈਕਸਟ ਕਰਕੇ ਫਿਰ ਕਨਫਿਗਰ ਕਰ ਦੇਣਾ ਕਿ ਕਿਹਨੂੰ ਆਪਾਂ ਇਹ ਸਾਰੀਆਂ ਇੰਸਟਰਕਸ਼ਨਸ ਸੈਂਡ ਕਰਨੀਆਂ, ਉਹਨੂੰ ਨੈਕਸਟ ਕਰਾਂਗੇ। ਫਿਰ ਉਸ ਤੋਂ ਬਾਅਦ ਆਪਾਂ
ਇਹਨਾਂ ਨੂੰ ਕੀ ਕਹਿਣਾ ਚਾਹਾਂਗੇ ਉਸ ਕੰਟੈਕਟ ਨੂੰ, ਉਹ ਵਾਲੀ ਚੀਜ਼ ਲਿਖ ਦਾਂਗੇ ਆਪਾਂ। ਹੁਣ ਇੱਥੇ ਤਾਂ ਵੈਸੇ ਹੀ ਆਪਾਂ ਵੀਡੀਓ ਦੇ ਵਾਸਤੇ ਬਣਾ ਰਹੇ ਹਾਂ ਕਿ ਸਬਸਕ੍ਰਾਈਬ ਕਰ ਦਿਓ ਭਾਈ, ਸਬਸਕ੍ਰਾਈਬ ਕਰ ਦਿਓ ਭਾਈ, ਇਟਸ ਅਰਜੈਂਟ। ਇਹ ਵਾਲੀ ਚੀਜ਼ ਹੋ ਗਈ। ਉਸ ਤੋਂ ਬਾਅਦ ਇੱਥੇ ਕਿ ਤੁਹਾਡੀ ਸਕਰੀਨ ਦੇ ਉੱਤੇ ਕੀ ਸ਼ੋ ਹੋਣਾ ਚਾਹੀਦਾ, ਇਹਨੂੰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਜੇਕਰ ਇਹ ਚੀਜ਼ ਕਰਨੀ ਹੈ। ਹੁਣ ਇੱਥੇ ਟਿਕ ਮਾਰਕ ਆ ਗਈ, ਮਤਲਬ ਕਿ ਇਹ ਸੈੱਟ ਹੋ ਚੁੱਕਿਆ। ਹੁਣ ਇਹਨੂੰ ਜੇ ਤੁਸੀਂ ਚੈੱਕ ਕਰਨਾ, ਉਸ ਤੋਂ ਬਾਅਦ ਇੱਥੇ ਤੁਸੀਂ ਜਾਓਗੇ, ਲਓ ਜੀ ਇੱਥੇ 3 ਡੋਟਸ 'ਤੇ ਕਲਿੱਕ ਕਰਕੇ ਤੁਸੀਂ ਸਾਰਾ ਦਾ ਸਾਰਾ ਦੇਖ ਸਕਦੇ ਹਾਂ ਕਿ ਹਾਂ ਭਾਈ ਇਹ ਸਾਰਾ ਸੈੱਟ ਹੋ ਗਿਆ। ਹੁਣ ਇਹਦੇ ਵਿੱਚ ਹੋਰ ਵੀ ਕਾਫੀ ਚੀਜ਼ਾਂ ਆ ਜਾਂਦੀਆਂ, ਉਹ ਤੁਸੀਂ ਸੈੱਟ ਕਰ ਸਕਦੇ ਹਾਂ। ਜਾਂ ਫਿਰ ਇਹਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਹਾਂ ਕੋਈ ਸਾਊਂਡ ਤੋਂ ਹੋਵੇ, ਉਹ ਸਾਰੀਆਂ ਚੀਜ਼ਾਂ ਇੱਥੇ ਤੁਹਾਡੇ ਕੋਲ ਆਪਸ਼ਨ ਆ ਜਾਂਦੀ ਹੈ ਕਿ ਇਹਦਾ ਟ੍ਰਿਗਰ ਕੀ ਹੋਊਗਾ। ਪਲੱਸ ਇੱਥੇ ਲੋਕੇਸ਼ਨ ਹੈਗੀ ਆ, ਤੁਸੀਂ ਲੋਕੇਸ਼ਨ ਵੀ ਆਪਦੀ ਸਿਲੈਕਟ ਕਰਕੇ ਉਹਨਾਂ ਨੂੰ ਭੇਜੀ ਜਾ ਸਕਦੀ ਆ। ਕਾਫੀ ਜ਼ਿਆਦਾ ਆਪਸ਼ਨਸ ਆ, ਇਹਨੂੰ ਐਕਸਪਲੋਰ ਕਰੋ, ਤੁਹਾਡੀ ਇਹ ਹੈਲਪ ਜ਼ਰੂਰ ਕਰੂਗਾ। ਸਭ ਤੋਂ ਜ਼ਿਆਦਾ ਅਨੋਇੰਗ ਉਦੋਂ ਹੁੰਦਾ ਜਦੋਂ ਆਪਾਂ ਕੋਈ ਨਾ ਕੋਈ ਮੂਵੀ ਦੇਖਣ ਲੱਗੇ ਹਾਂ ਜਾਂ ਫਿਰ ਆਪਾਂ ਕੋਈ ਨਾ ਕੋਈ ਇੰਪੋਰਟੈਂਟ ਐਪ ਯੂਜ਼ ਕਰਦੇ ਪਏ ਹਾਂ ਆਪਦੇ ਫੋਨ 'ਤੇ, ਵਾਰੀ ਵਾਰੀ ਨੋਟੀਫਿਕੇਸ਼ਨ ਆਉਂਦੀਆਂ ਪਈਆਂ। ਕਾਫੀ ਜ਼ਿਆਦਾ ਡਿਸਟਰਬਿੰਗ ਹੋ ਜਾਂਦਾ ਉਹ, ਕਿਉਂਕਿ ਉਦੋਂ ਫੋਕਸ ਆਪਣਾ ਕੰਪਲੀਟਲੀ ਡਿਸਟਰਬਡ ਹੋ ਜਾਂਦਾ। ਉਹਨੂੰ ਫਿਕਸ ਕਰਨ ਵਾਸਤੇ ਬੜਾ ਹੀ ਜ਼ਿਆਦਾ ਸੌਖਾ ਤਰੀਕਾ, ਆਪਾਂ ਸੈਟਿੰਗਸ ਦੇ ਵਿੱਚ ਜਾ ਕੇ ਆਪਾਂ ਇੱਥੇ ਡੂ ਨੋਟ ਡਿਸਟਰਬ ਆਪਾਂ ਸਰਚ ਕਰ ਲੈਣਾ। ਇੱਥੇ ਆਪਣੇ ਕੋਲ ਫੋਕਸ ਦੇ ਵਿੱਚ ਹੀ ਇਹਨੇ ਜਾਣਾ ਡਾਇਰੈਕਟਲੀ। ਆਪਾਂ DND ਦੇ ਵਿੱਚ ਜਾਵਾਂਗੇ, ਇੱਥੇ ਆਪਦੇ ਸਾਰੇ ਆਪਣੇ ਕੋਲ ਆਪਸ਼ਨਸ ਆ ਜਾਂਦੇ ਆ। ਅਤੇ ਉਸ ਤੋਂ ਬਾਅਦ ਇੱਥੇ ਆਪਾਂ ਬੇਸਿਕਲੀ ਜਿਵੇਂ ਹਮੇ ਯੂਟਿਊਬ ਪ੍ਰਾਈਮ ਵੀਡੀਓ ਐਡ ਕੀਤੀ ਆ, ਉਸੇ ਤਰੀਕੇ ਨਾਲ ਬਸ ਐਡ ਸਕੈਜੂਅਲ ਐਪ, ਇੱਥੇ ਕੋਈ ਵੀ ਐਪ ਤੁਸੀਂ ਸਿਲੈਕਟ ਕਰ ਲੈਣੀ ਹੈ। ਇਹ ਸਾਰਾ ਕੁਝ ਜਦੋਂ ਸਿਲੈਕਟ ਕਰ ਲਿਆ ਤੇ ਫਿਰ ਉਸ ਤੋਂ ਬਾਅਦ ਬਸ ਜਿਹੜੀ ਵੀ ਐਪ ਦਾ ਤੁਹਾਨੂੰ ਹੈਗਾ ਯੂਟਿਊਬ ਓਪਨ ਕਰਾਂਗੇ ਤੇ ਨਾਲ ਲਗਵੇਂ ਇਹਨੇ ਆਪਣਾ DND ਔਨ ਕਰਤਾ। ਹੁਣ ਜਦੋਂ ਆਪਾਂ ਐਪ ਬੰਦ ਕਰਾਂਗੇ ਨਾਲ ਲਗਵੇਂ DND ਬੰਦ ਹੋ ਜੂ। ਇਹਦੇ ਨਾਲ ਬੇਸਿਕਲੀ ਕੋਈ ਵੀ ਤੁਸੀਂ ਇੱਦਾਂ ਐਪ ਸਿਲੈਕਟ ਕਰ ਸਕਦੇ ਹਾਂ ਕਿ ਤਾਂ ਕਿ ਤੁਹਾਨੂੰ ਕੋਈ ਡਿਸਟਰਬੈਂਸ ਨਾ ਹੋਵੇ ਜਦੋਂ ਤੁਸੀਂ ਕੋਈ ਇੰਪੋਰਟੈਂਟ ਟਾਸਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂ ਮੈਨੂੰ ਹੁਣ ਪਤਾ ਯੂਟਿਊਬ ਕੋਈ ਇੰਪੋਰਟੈਂਟ ਟਾਸਕ ਨਹੀਂ ਹੈਗਾ, ਬਟ ਜਸਟ ਫੋਰ ਐਗਜ਼ਾਮਪਲ। ਹਾਂਜੀ ਬਾਬੇ, ਹੁਣ ਆਪਾਂ ਗੱਲ ਕਰਦੇ ਹਾਂ ਟੂ ਡੂ ਲਿਸਟ ਦੇ ਬਾਰੇ। ਆਪਾਂ ਯੂਜਲੀ ਆਪਦਾ ਸਾਰੀ ਲਿਸਟ ਤਾਂ ਬਣਾਉਂਦੇ ਹਾਂ ਕਿ ਹਾਂ ਆਪਾਂ ਯਾਰ ਆਹਲੀਆਂ ਚੀਜ਼ਾਂ ਐਡ ਕਰਨੀਆਂ, ਕਿ ਰਿਮਾਈਂਡਰਸ ਦੇ ਵਿੱਚ ਆਪਾਂ ਸਾਰਾ ਕੁਝ ਲਿਖ ਲੈਂਦੇ ਹਾਂ, ਬਟ ਐਕਚੁਅਲ ਦੇ ਵਿੱਚ ਕਈ ਵਾਰੀ ਐਪ ਰਿਮਾਈਂਡਰ ਖੋਲ੍ਹਣੀ ਹੀ ਭੁੱਲ ਜਾਂਦੇ ਹਾਂ, ਕਿਉਂਕਿ ਆਪਾਂ 2-4 ਦਿਨ ਫੋਲੋ ਕਰਦੇ ਹਾਂ, ਉਸ ਤੋਂ ਬਾਅਦ ਹੁੰਦਾ ਯਾਰ ਕੌਣ ਓਪਨ ਕਰੂਗਾ ਜਾਂ ਦਿਮਾਗ ਦੇ ਵਿੱਚੋਂ ਨਿਕਲ ਜਾਂਦਾ, ਕਿਉਂਕਿ ਹੋਰ ਚੀਜ਼ਾਂ ਬਹੁਤ ਚੱਲ ਰਹੀਆਂ। ਸੋ ਆਪਾਂ ਰਿਮਾਈਂਡਰ ਸੈੱਟ ਤਾਂ ਕੀਤੇ ਸੀ, ਬਟ ਉਹ ਕਈ ਵਾਰੀ ਆਪਾਂ ਭੁੱਲ ਜਾਂਦੇ ਹਾਂ। ਅਤੇ ਸੱਚ ਰਿਮਾਈਂਡਰ ਤੋਂ ਯਾਦ ਆਇਆ, ਆਪਾਂ ਗੱਲ ਕਰਦੇ ਸੀਗੇ ਅੱਗੇ ਕਿ ਆਪਾਂ ਇੱਕ ਗਿਵ ਅਵੇ ਕਰਾਂਗੇ। ਹੁਣ ਗਿਵ ਅਵੇ ਦੇ ਬਾਰੇ ਮੈਂ ਸੋਚਦਾ ਪਿਆ ਸੀਗਾ ਕੀਬੋਰਡਸ ਵਗੈਰਾ ਹੋ ਸਕਦੇ ਆ, ਮੇ ਬੀ ਆਪਾਂ ਮਕੈਨੀਕਲ ਕੀਬੋਰਡ ਕਿ ਆਪਾਂ ਹੌਟ ਸਵਾਪੇਬਲ ਕੀਜ਼ ਵਗੈਰਾ ਹੋਣਗੀਆਂ, ਜਾਂ ਫਿਰ ਲੋਜੀਟੈਕ ਦਾ MX Master 3, ਮੇਰਾ ਵਨ ਆਫ ਦਾ ਫੇਵਰੇਟ ਮਾਊਸ ਦੇ ਵਿੱਚੋਂ ਬਹੁਤ ਵਧੀਆ ਲੱਗਦਾ। ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸੋ ਤੁਸੀਂ ਕਿਹੜੀ ਚੀਜ਼ ਗਿਵ ਅਵੇ ਦੇ ਵਿੱਚ ਦੇਖਣਾ ਪਸੰਦ ਕਰੋਗੇ, ਕਿ ਸਾਰੀਆਂ ਚੀਜ਼ਾਂ ਹੀ। ਸਾਰਾ ਕੁਝ ਵੀ ਹੋ ਸਕਦਾ, ਪਰ ਉਹਦੇ ਵਿੱਚ ਇੱਕ ਬਹੁਤ ਵੱਡਾ ਕੈਚ ਆ, ਇਹ ਵਾਲੀ ਚੀਜ਼ ਆਪਾਂ ਕਰਾਂਗੇ ਔਰਗਨਾਈਜ਼ ਜਦੋਂ ਆਪਣੇ 10,000 ਸਬਸਕ੍ਰਾਈਬਰਸ ਹਿੱਟ ਹੋ ਗਏ। ਹੁਣ ਮੇਰਾ ਬਹੁਤ ਜ਼ਿਆਦਾ ਮਾਣ ਆ, ਪਰ ਹੁਣ ਮਾੜਾ ਜਿਹਾ ਤੁਹਾਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਹੈ, ਮੈਨੂੰ ਵੀ ਕੋਈ ਪੈਸਾ ਨਹੀਂ ਮਿਲਦਾ ਪਿਆ, ਸੋ ਥੋੜ੍ਹਾ ਮੈਨੂੰ ਵੀ ਹੈਗਾ ਕਿ ਹਾਂ ਤੁਸੀਂ ਮੇਰੀਆਂ ਵੀਡੀਓਜ਼ ਵਗੈਰਾ ਦੇਖਦੇ ਹਾਂ ਅਤੇ ਮੈਨੂੰ ਵੀ ਥੋੜ੍ਹਾ ਜਿਹਾ ਚਾਅ ਹੁੰਦਾ ਕਿ ਹਾਂ ਤੁਸੀਂ ਕਮੈਂਟ ਕਰਦੇ ਹੋ, ਸਾਰਾ ਕੁਛ ਹੈਗਾ, ਅਤੇ ਫਿਰ ਮੈਨੂੰ ਵੀ ਹੈਗਾ ਕਿ ਮੈਂ ਤੁਹਾਨੂੰ ਕੁਛ ਨਾ ਕੁਛ ਭੇਜ ਸਕਾਂ, ਜਿਵੇਂ ਕੀਬੋਰਡਸ ਮਾਊਸ ਵਗੈਰਾ, ਉਹ ਸਾਰੀਆਂ ਚੀਜ਼ਾਂ। ਫਿਰ ਹੁਣ ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਜ਼ਰੂਰ ਕਰ ਲਿਓ, ਭੁੱਲਿਓ ਨਾ, ਅਤੇ ਫਿਰ ਮੈਂ ਆਪਦਾ ਪ੍ਰੋਮਿਸ ਜ਼ਰੂਰ ਰੱਖੂੰਗਾ। ਮੈਨੂੰ ਪਤਾ ਤੁਸੀਂ ਟੌਪ ਕਲਾਸ ਹੈਗੇ ਆ, ਪੂਰੇ ਇੱਕਦਮ ਪਰਫੈਕਟ ਹੈਗੇ, ਮੈਨੂੰ ਪਤਾ ਕਿ ਤੁਸੀਂ ਉਹ ਜਿਹੜਾ ਆਪਣਾ 10,000 ਦਾ ਜਿਹੜਾ ਗੋਲ ਆ ਨਾ, ਉਹ ਤੁਸੀਂ ਬਹੁਤ ਛੇਤੀ ਕੰਪਲੀਟ ਕਰ ਦੇਣਾ, ਆਈ ਨੋ, ਮੈਨੂੰ ਤੁਹਾਡੇ 'ਤੇ ਭਰੋਸਾ ਹੈਗਾ। ਫਿਰ ਹੁਣ ਆਪਾਂ ਰਿਮਾਈਂਡਰਸ ਐਪ ਬਾਰੇ ਗੱਲ ਕਰ ਲਈਏ। ਆਪਾਂ ਸ਼ਾਰਟਕੱਟ ਐਪ ਦੇ ਵਿੱਚ ਆਵਾਂਗੇ, ਆਟੋਮੇਸ਼ਨ 'ਤੇ ਸਿਲੈਕਟ ਕਰਕੇ ਇੱਥੇ ਆਪਾਂ ਸਰਚ ਕਰਾਂਗੇ ਨਿਊ 'ਤੇ ਐਪ, ਇੱਥੇ ਐਪ ਆਊਗੀ, ਐਪ ਜਦੋਂ ਆਪਾਂ ਕਲੋਜ਼ ਕੀਤੀ ਉਦੋਂ ਰਨ ਇਮੀਡੀਏਟਲੀ ਚੂਜ਼, ਜਿਵੇਂ ਆਪਾਂ ਸਪੋਜ਼ ਕਰ ਲਈਏ ਕਿ ਹੁਣ ਆਪਾਂ ਆਪਦੀਆਂ ਨੋਰਮਲ ਐਪਸ ਵਗੈਰਾ ਹੋ ਗਈਆਂ, ਜਿਵੇਂ ਆਪਣੀ ਜੀਮੇਲ ਹੋ ਗਈ ਜਾਂ ਫਿਰ ਯੂਟਿਊਬ ਹੋ ਗਈ, ਆਪਾਂ ਇਹ ਸਾਰੀ ਆਪਾਂ ਡਨ ਕਰਤੀ।
ਫਿਰ ਉਸ ਤੋਂ ਬਾਅਦ ਆਪਾਂ ਨੈਕਸਟ ਕਰਾਂਗੇ। ਫਿਰ ਉਸ ਤੋਂ ਬਾਅਦ ਬਲੈਂਕ ਆਟੋਮੇਸ਼ਨਸ ਦੇ ਵਿੱਚ ਆਪਾਂ ਇੱਥੇ ਫਿਰ ਦੁਬਾਰਾ, ਫਿਰ ਉਸ ਤੋਂ ਬਾਅਦ ਇੱਥੇ ਆਪਾਂ ਓਪਨ ਐਪ ਸਰਚ ਕਰਾਂਗੇ, ਐਪ ਦੇ ਵਿੱਚ ਆਪਣੇ ਕੋਲ ਆਜੂਗਾ ਰਿਮਾਈਂਡਰ ਤੇ ਇਹਨੂੰ ਆਪਾਂ ਕਰ ਦਾਂਗੇ ਡਨ। ਹੁਣ ਇਹਦੇ ਨਾਲ ਹੋਊਗਾ ਕੀ, ਜਦੋਂ ਅਸਲ ਦੇ ਵਿੱਚ ਆਪਾਂ ਯੂਟਿਊਬ ਓਪਨ ਕਰਾਂਗੇ, ਜਿਵੇਂ ਆਪਾਂ ਯੂਟਿਊਬ ਐਡ ਕੀਤੀ ਸੀ, ਆਪਾਂ ਯੂਟਿਊਬ ਬੰਦ ਕੀਤੇ ਤੇ ਇਹਨੇ ਨਾਲ ਲਗਵੇਂ ਹੀ ਆਪਣੇ ਕੋਲ ਰਿਮਾਈਂਡਰਸ ਐਪ ਓਪਨ ਕਰ ਦੇਣੀ ਹੈ। ਇਹ ਚੀਜ਼ ਬਾਹਲੀ ਜ਼ਿਆਦਾ ਘੈਂਟ ਆ। ਹਾਂਜੀ, ਤੁਹਾਡੇ ਨਾਲ ਕਦੇ ਇਹ ਚੀਜ਼ ਹੋਈ ਆ ਕਿ ਤੁਸੀਂ ਕੋਈ ਨਾ ਕੋਈ ਆਪਦਾ ਰਿਮਾਈਂਡਰ ਜਾਂ ਫਿਰ ਕੈਲੰਡਰ ਦੇ ਵਿੱਚ ਕੋਈ ਇਵੈਂਟ ਸੈੱਟ ਕੀਤਾ ਸੀਗਾ ਤੇ ਆਲਮੋਸਟ ਟਾਈਮ ਆ ਬਸ ਤੁਹਾਡੀ ਅਪੁਆਇੰਟਮੈਂਟ ਦਾ, ਪਰ ਤੁਸੀਂ ਭੁੱਲ ਗਏ ਉਸ ਬਾਰੇ ਕਿਉਂਕਿ ਉਹ ਮਹੀਨਾ ਜਾਂ 15 ਦਿਨ ਪਹਿਲਾਂ ਵਾਟਐਵਰ ਉਦੋਂ ਸੈੱਟ ਕੀਤੀ ਗਈ ਸੀ। ਉਹਦੇ ਵਾਸਤੇ ਇੱਕ ਸ਼ਾਰਟਕੱਟ ਹੈਗਾ, ਉਹਦੇ ਨਾਲ ਹੋਣਾ ਕੀ ਆ, ਜਦੋਂ ਵੀ ਤੁਸੀਂ ਕੋਈ ਕੈਲੰਡਰ ਦੇ ਵਿੱਚ ਆਪਦਾ ਇਵੈਂਟ ਕ੍ਰੀਏਟ ਕਰੋਗੇ ਰਿਮਾਈਂਡਰਸ ਜਾਂ ਕੈਲੰਡਰ ਦੇ ਵਿੱਚ, ਉਹ ਚੀਜ਼ ਐਡ ਕਰੋਗੇ ਤੇ ਉਸ ਤੋਂ ਬਾਅਦ ਉਹਨੇ ਆਟੋਮੈਟਿਕਲੀ ਅਗਲੇ ਦਿਨ ਵਾਸਤੇ ਉਹ ਤੋਂ ਅੱਧੇ ਘੰਟੇ ਪਹਿਲਾਂ ਦਾ ਉਹਨੇ ਇੱਕ ਅਲਾਰਮ ਸੈੱਟ ਕਰ ਦੇਣਾ ਤੇ ਸਾਰੀ ਜਿਹੜੀ ਉਹਦਾ ਨੇਮ ਵਗੈਰਾ ਹੋਊਗਾ ਉਹ ਉਹਨੇ ਕੈਲੰਡਰ ਦੇ ਇਵੈਂਟ ਤੋਂ ਚੱਕ ਲੈਣਾ ਜਾਂ ਰਿਮਾਈਂਡਰ ਤੋਂ ਚੱਕ ਲੈਣਾ। ਉਹ ਚੀਜ਼ ਆ, ਹੁਣ ਕੰਮ ਬਹੁਤ ਜ਼ਿਆਦਾ ਘੈਂਟ ਆ, ਪਰ ਉਹਦੇ ਵਾਸਤੇ ਗੱਲ ਇਹ ਹੈ ਕਿ ਉਹ ਸ਼ਾਰਟਕੱਟ ਕਾਫੀ ਜ਼ਿਆਦਾ ਵੱਡਾ, ਜਿਵੇਂ ਆ ਤੁਸੀਂ ਦੇਖ ਹੀ ਸਕਦੇ ਹਾਂ ਕਾਫੀ ਜ਼ਿਆਦਾ ਇਹਦੇ ਵਿੱਚ ਡਿਟੇਲ ਹੈਗੀ ਆ। ਇਹ ਹੁਣ ਜੇਕਰ ਤੁਸੀਂ ਆਪ ਕ੍ਰੀਏਟ ਕਰਨਾ ਚਾਹੁੰਦੇ ਆ ਕਰ ਸਕਦੇ ਆ, ਮੱਥਾ ਮਾਰਨਾ ਇਟਸ ਯੋਰ ਚੋਇਸ। ਬਾਕੀ ਸੌਖਾ ਤਰੀਕਾ ਉਹਦੇ ਵਾਸਤੇ ਫਿਰ ਆਪਾਂ ਨੋਰਮਲ ਜੀ ਗੱਲ ਆ, ਜੇ ਤੁਸੀਂ ਆਪਣੇ ਚੈਨਲ 'ਤੇ ਆਏ ਯਾਰ ਸੌਖਾ ਤਾਂ ਕਰਾਂਗੇ ਨਾ ਕੰਮ। ਫਿਰ ਇਹਦੇ ਵਾਸਤੇ ਇੱਕ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੰਦਾ ਇਹਦਾ, ਅਤੇ ਫਿਰ ਬਸ ਤੁਸੀਂ ਆਪਦੇ ਫੋਨ ਤੋਂ ਉਹ 'ਤੇ ਲਿੰਕ 'ਤੇ ਕਲਿੱਕ ਕਰਨਾ ਅਤੇ ਆਟੋਮੈਟਿਕਲੀ ਇਹ ਵਾਲਾ ਸ਼ਾਰਟਕੱਟ ਤੁਹਾਡੇ ਫੋਨ ਦੇ ਵਿੱਚ ਆਜੂਗਾ। ਫਿਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਕੰਮ ਸੌਖਾ। ਜੇ ਇਹ ਚੀਜ਼ ਵਧੀਆ ਲੱਗੀ ਫਿਰ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਫਿਰ ਇਹ ਕੋਈ ਹੋਰ ਨਾ ਭੁੱਲੇ। ਇਹ ਚੀਜ਼ ਦਾ ਧਿਆਨ ਰੱਖਿਆ ਕਰੋ। ਮੈਂ ਕਹਿੰਦਾ ਇੱਕ ਦੂਜੇ ਦੀ ਹੈਲਪ ਕਰੀਦੀ ਹੁੰਦੀ ਹੈ, ਜਿਵੇਂ ਤੁਸੀਂ ਆਹ ਵੀਡੀਓ ਦੇਖੀ ਉਵੇਂ ਬਹੁਤ ਜ਼ਿਆਦਾ ਹੈਲਪ ਹੁੰਦੀ ਆ। ਮੈਂ ਕਹਿੰਦਾ ਹੈਲਪ ਤੇ ਮੈਂ ਕਹਿੰਦਾ ਸੁਣੇ ਤੇ ਸੁਹਾਗੇ ਵਾਲੀ ਗੱਲ ਹੋ ਜੂ ਜੇ ਤੁਸੀਂ ਸਬਸਕ੍ਰਾਈਬ ਵੀ ਕਰ ਲਓ, ਹੈ ਕਿ ਨਹੀਂ। ਇਹ ਸੀਗੇ 10 ਆਟੋਮੇਸ਼ਨਸ ਆਈਫੋਨ ਵਾਸਤੇ ਜਿਹਦੇ ਨਾਲ ਲਾਈਫ ਸੌਖੀ ਹੁੰਦੀ ਆ, ਬਹੁਤ ਚੀਜ਼ਾਂ ਦੇ ਵਿੱਚ ਫਰਕ ਪੈਂਦਾ। ਜੇ ਹੋਰ ਕੋਈ ਵੀਡੀਓ ਦੇ ਬਾਰੇ ਤੁਸੀਂ ਦੇਖਣਾ ਚਾਹੁੰਦੇ ਆ ਮਾੜੇ ਮੈਨੂੰ ਕਮੈਂਟਾਂ ਦੇ ਵਿੱਚ ਦੱਸੋ, ਆਪਾਂ ਉਹਦੇ ਬਾਰੇ ਲਿਆਵਾਂਗੇ। ਨਹੀਂ ਤਾਂ ਫਿਰ ਬਾਕੀ ਮੇਰਾ ਪਲਾਨ ਤਾਂ ਹੈਗਾ ਹੀ ਆ ਕਿ ਹਾਂ ਅਗਲੀਆਂ ਵੀਡੀਓਜ਼ ਵੀ ਆਪਾਂ ਸਾਰੀਆਂ ਰੈਡੀ ਕਰਦੇ ਪਏ, ਹੌਲੀ ਹੌਲੀ ਉਹ ਵੀ ਆ ਜਾਣਗੀਆਂ। ਫਿਰ ਮੈਂ ਕਹਿੰਦਾ 10 ਆਟੋਮੇਸ਼ਨਸ ਦੇਖ ਲਈਆਂ, ਫਿਰ ਤੁਸੀਂ ਹੁਣ ਐਪਸ ਵੀ ਦੇਖ ਲਓ। ਆਹ 10 ਐਪਸ ਹੈਗੀਆਂ, ਮੈਂ ਕਹਿੰਦਾ ਲਾਈਫ ਚੇਂਜ ਹੋ ਜੂਗੀ। ਹੈ ਇਹ ਵਾਲੀ ਵੀਡੀਓ ਦੇਖ ਲਓ, ਜੇਕਰ ਫਿਰ ਤੁਸੀਂ ਇਹ ਵਾਲੀ ਦੇਖ ਲਈ ਆ ਬਾਹਲੀ ਵਧੀਆ ਗੱਲ ਆ। ਫਿਰ ਜੇਕਰ ਤੁਸੀਂ ਐਂਡਰੋਇਡ ਟੂ ਆਈਫੋਨ ਸਵਿਚ ਕਰਨਾ ਫਿਰ ਵਾਲੀ ਵੀਡੀਓ ਦੇਖੋ। ਓਕੇ ਬਾਏ, ਸਤਿ ਸ਼੍ਰੀ ਅਕਾਲ।